ਤੇ ਜੇ ਮੈਂ ਵੜਤ ਬੰਦਾ ਮਰੋੜ ਲੱਗ ਕੇ ਵੀ ਸਕਦਾ ਐਡੀ ਕਿਹੜੀ ਗੱਲ ਹੈ ਤੇ ਜੇ ਆਪਣਾ ਮਾਰੂ ਧੁੱਪੇ ਤੇ ਨਾ ਛੱਟੂਗਾ ਮੇਰੀ ਧਰਤੀ ਆ ਯਾਰ ਮੇਰੇ ਲੋਕ ਆ ਮੈਂ ਉੱਥੇ ਬੈਠਾ ਕੋਣੇ 'ਚ ਕੀ ਕਰੀ ਜਾਵਾਂ ਸਾਰੀਆਂ ਪਾਰਟੀਆਂ ਦੇ ਐਮ ਪੀ ਉੱਥੇ ਇੱਕ ਸੈਂਟਰ ਹਾਲ ਆ ਲੋਕ ਰਾਜ ਸਭਾ ਦੇ ਵਿਚਕਾਰ ਅਸੀਂ ਰੋਜ਼ ਕੌਫੀ ਸ਼ੌਫੀ ਇਕੱਠੇ ਹੀ ਪੀਂਦੇ ਹਾਂ ਕਿਸੇ ਗਲਤ ਫਹਿਮੀ 'ਚ ਨਾ ਰਹੋ ਬੜੀ ਮੁਸ਼ਕਲ ਨਾਲ ਪੰਜਾਬ 'ਚ ਸ਼ਾਂਤੀ ਆਈ ਆ ਮੈਂ ਨਹੀਂ ਚਾਹੁੰਦਾ ਦੁਬਾਰਾ ਆਵੇ ਐਵੇਂ ਆਗੂ ਕੀ ਲਾ ਦੇਵੇ ਕਿਸੇ ਦੇ ਘਰ ਨੂੰ ਜਾਂ ਕੋਈ ਸ਼ਰਾਰਤੀ ਇੱਥੇ ਭਾਈ ਫਿਰ ਫਿਰ ਕਿਹਦੀ ਮਾਂ ਨੂੰ ਮਾਸੀ ਕਹਿਣਾ ਮੋਦੀ ਸਰਕਾਰ ਵਿਰੁੱਧ ਸਾਰੇ ਦੇਸ਼ 'ਚ ਕਿਸਾਨਾਂ ਦਾ ਅੰਦੋਲਨ ਆਪਣੀ ਰਫ਼ਤਾਰ ਫੜਦਾ ਜਾ ਰਿਹਾ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਹਰ ਹਿੱਲਾ ਅਪਣਾਉਣ 'ਚ ਲੱਗੇ ਹੋਏ ਨੇ ਕਿਸਾਨ ਜੇਲ੍ਹ ਭਰੋ ਅੰਦੋਲਨ ਰੇਲ ਰੋਕੋ ਅੰਦੋਲਨ ਇੱਥੇ ਤੱਕ ਕਿ ਨੰਗੇ ਹੋ ਕੇ ਧਰਨੇ ਪ੍ਰਦਰਸ਼ਨ ਕਰਨ 'ਚ ਲੱਗੇ ਹੋਏ ਨੇ ਦਾਜ਼ੀਏ ਕਿ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਆਗੂਆਂ ਨੂੰ ਪਿੰਡਾਂ 'ਚ ਨਾ ਵੜਨ ਦੀ ਹਿਦਾਇਤ ਦਿੱਤੀ ਗਈ ਹੈ ਉੱਥੇ ਹੁਣ ਭਾਜਪਾ ਦੇ ਦਿੱਲੀ ਤੋਂ ਸਾਂਸਦ ਮੈਂਬਰ ਹੰਸਰਾਜ ਹੰਸ ਵੱਲੋਂ ਕਿਸਾਨਾਂ ਦੇ ਹੱਕ 'ਚ ਡਟੇ ਰਹਿਣ ਦੀ ਗੱਲ ਆਖੀ ਗਈ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਤਸ਼ਰੀਫ ਲਿਆਏ ਗਰੀਬ ਖਾਨੇ ਮੈਂ ਤਾਂ ਬਸ ਇੰਨਾ ਹੀ ਕਹਿਣਾ ਸੀ ਕਿ ਗੀਤ ਗਾਇਆ ਸੀ ਮੈਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਇੱਕ ਮਿੰਟ ਲਈ ਭੁੱਲ ਜਾਓ ਕਿ ਮੈਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਬੋਲ ਰਿਹਾ ਮੈਂ ਤੁਹਾਡਾ ਭਰਾ ਪੰਜਾਬੀ ਆਰਟਿਸਟ ਜਿਹੜਾ ਜਿਹਦੇ ਰੋਮ ਰੋਮ ਵਿੱਚ ਪੰਜਾਬੀਅਤ ਵਸੀ ਹੋਈ ਹੈ ਜਿੱਥੇ ਮਰਜ਼ੀ ਮੈਂ ਰਵਾਂ ਜਿੱਥੇ ਮਰਜ਼ੀ ਮੈਂ ਜੋ ਵੀ ਵਿਚਰਾਂ ਮੇਰੇ ਕਰਮ ਲੈ ਜਾਣ ਲੇਕਿਨ ਮੈਨੂੰ ਸੁਪਨਾ ਆਪਣੇ ਪੰਜਾਬ ਦਾ ਆਪਣੇ ਘਰ ਦਾ ਆਪਣੇ ਪਿੰਡ ਦਾ ਹੀ ਆਉਂਦਾ ਹੈ ਮੈਨੂੰ ਸਿਰਫ ਇੰਨਾ ਹੀ ਪਤਾ ਲੱਗਾ ਮੀਡੀਆ ਦੇ ਜ਼ਰੀਏ ਔਰ ਸਾਰਿਆਂ ਦਾ ਮੈਂ ਬੜਾ ਇਨ ਟੱਚ ਹਾਂ ਕਿ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਸਭ ਤੋਂ ਪਹਿਲਾਂ ਕਿਰਸਾਨੀ ਫਿਰ ਜਵਾਨੀ ਖਤਰੇ 'ਚ ਹੈ ਜਦੋਂ ਕਿਤੇ ਵੀ ਕੋਈ ਐਜੀਟੇਸ਼ਨ ਪ੍ਰੋਟੈਸਟ ਹੋਣੇ ਹੁੰਦੇ ਆ ਉਹ ਨੌਜਵਾਨਾਂ ਨੂੰ ਜਾਂ ਕਿਸੇ ਕੌਮ ਨੂੰ ਆਪਾਂ ਇਹ ਸੋਚ ਲੈਂਦੇ ਹਾਂ ਕਿ ਕਿਸ ਤਰ੍ਹਾਂ ਪਿੱਛੇ ਲਾਇਆ ਜਾ ਸਕਦਾ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਨਸਿਕਿਓਰ ਕਰ ਦਿੰਦੇ ਹਾਂ ਧਾਰਮਿਕ ਤੌਰ 'ਤੇ ਕੁਛ ਲੋਕਾਂ ਨੇ ਤੁਸੀਂ ਦੇਖਿਆ ਕਈ ਵਾਰੀ ਰਾਜ ਕੀਤਾ ਪੰਥ ਖਤਰੇ 'ਚ ਹੈ ਕਿਸੇ ਨੂੰ ਲੱਗਦਾ ਪੰਜਾਬ ਖਤਰੇ 'ਚ ਹੈ ਕਿਸੇ ਨੂੰ ਲੱਗਦਾ ਕੋਈ ਚੀਜ਼ ਹੈ ਜਿਹੜੀ ਚੀਜ਼ ਐਂਡ ਆਫ ਦਾ ਡੇ ਸਿਆਸਤਦਾਨ ਨੇ ਜਾਂ ਸਿਆਸੀ ਪਾਰਟੀਆਂ ਨੇ ਤਾਂ ਵੋਟਾਂ ਲਈ ਕਰਨਾ ਹੁੰਦਾ ਹੁਣ ਵੀ ਥੋੜ੍ਹੀ ਦੇਰ ਸਾਲ ਡੇਢ ਸਾਲ ਮੇਰਾ ਖਿਆਲ ਰਹਿ ਗਿਆ ਇਲੈਕਸ਼ਨ ਵਿੱਚ ਸਾਰਿਆਂ ਦੇ ਲਾਲਾਂ ਟਪਕ ਲਈਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਤਖਤੋ ਤਾਜ 'ਤੇ ਅਸੀਂ ਬਿਰਾਜਮਾਨ ਹੋ ਜਾਈਏ ਦੇਖੋ ਰਾਜ ਭਾਗ ਕਰਮਾਂ ਨਾਲ ਮਿਲਦੇ ਆ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਪੰਜਾਬ ਦਾ ਤਖਤ ਮਿਲ ਜਾਏਗਾ ਉਸ ਤੋਂ ਪਹਿਲਾਂ ਕਿ ਆਪਾਂ ਉੱਧਰ ਤੁਰੀਏ ਸਿਆਸਤ ਵੱਲ ਤੁਰੀਏ ਆਓ ਆਪਾਂ ਸਮੁੱਚੇ ਪੰਜਾਬੀ ਰਲ ਕੇ ਮਸ਼ਵਰਾ ਕਰੀਏ ਕਿ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਕਿੱਦਾਂ ਬਚਾਉਣਾ ਉਹ ਇਸ ਤਰ੍ਹਾਂ ਹੀ ਬਚਾ ਸਕਦੇ ਹਾਂ ਜੇ ਤਾਂ ਸਿਆਸਤ ਕਰਨੀ ਆ ਤਾਂ ਫਿਰ ਅਲੱਗ ਗੱਲ ਹੈ ਸਿਆਸਤ ਦੇ ਵਿੱਚ ਤਾਂ ਹਰ ਚੀਜ਼ ਗਲਤ ਹੀ ਜ਼ਿਆਦਾ ਹੁੰਦੀ ਆ ਠੀਕ ਘੱਟ ਹੁੰਦੀ ਆ ਸਾਡੇ ਬੱਚੇ ਪਿਆਰੇ ਬੱਚੇ ਨੌਜਵਾਨ ਅੱਗੇ ਹੀ ਬੜਾ ਨੁਕਸਾਨ ਹੋਇਆ ਬਹੁਤ ਸੋਹਣੇ ਮੁੰਡੇ ਬੱਚੇ ਸਾਡੇ ਤੁਹਾਨੂੰ ਪਤਾ ਹੀ ਆ ਮੈਂ ਉਦੋਂ ਵੀ ਪੰਜਾਬ 'ਚ ਸੀ ਜਦੋਂ ਹਾਲਾਤ ਖਰਾਬ ਸੀ ਮੇਰਾ ਕੀ ਰੋਲ ਸੀ ਇਹ ਸਾਰਿਆਂ ਨੂੰ ਪਤਾ ਹੁਣ ਵੀ ਮੈਂ ਜੇ ਉੱਥੇ ਗੁੰਗਾ ਬਣ ਕੇ ਬੈਠਾ ਰਹਾਂ ਤਾਂ ਫਿਰ ਠੀਕ ਨਹੀਂ ਮੈਂ ਜੋ ਮੀਟਿੰਗ ਵਿੱਚ ਬੋਲਿਆ ਉਹ ਮੈਂ ਫੇਸਬੁੱਕ 'ਤੇ ਵੀ ਪਾਇਆ ਸੀ ਉਹਦੇ ਵਿੱਚ ਕ੍ਰਿਸ਼ੀ ਮੰਤਰੀ ਸਾਹਿਬ ਬਹੁਤ ਸਾਰੇ ਵਜ਼ੀਰ ਸੀਗੇ ਸੈਂਟਰ ਦੇ ਐਮ ਪੀ ਸਾਹਿਬਾਨ ਸੀ ਜੋ ਮੈਨੂੰ ਮੇਰੇ ਰੱਬ ਨੇ ਕਹਾਇਆ ਮੈਂ ਕਹਾਇਆ ਅੱਜ ਮੈਂ ਬਹੈਸੀਅਤ ਸਿਆਸਤਦਾਨ ਨਹੀਂ ਤੁਹਾਡੇ ਨਾਲ ਵਿਚਰ ਰਿਹਾ ਇੱਕ ਉਹ ਬੰਦਾ ਵਿਚਰ ਰਿਹਾ ਤੁਹਾਡਾ ਭਰਾ ਤੁਹਾਡਾ ਵੀਰ ਤੁਹਾਡਾ ਖੂਨ ਜੇ ਕਿਸਾਨ ਹੀ ਮਰ ਗਿਆ ਰਿਜ਼ਕਦਾਤਾ ਹੀ ਮਰ ਗਿਆ ਮੈਂ ਉੱਥੇ ਮੀਟਿੰਗ 'ਚ ਵੀ ਕਹਿ ਕੇ ਆਇਆ ਨਹੀਂ ਮੈਂ ਦਿੱਲੀ ਹੋਰ ਕਹਿੰਦਾ ਇੱਥੇ ਆ ਕੇ ਹੋਰ ਬੋਲੂੰਗਾ ਉਹਦੀ ਰਿਕਾਰਡਿੰਗ ਹੈਗੀ ਆ ਮੈਂ ਸਾਰਿਆਂ ਨੂੰ ਹੁਣੇ ਫਾਰਵਰਡ ਕਰ ਦੇਣੀ ਉਹ ਵੀ ਦਿਖਾ ਦਿਓ ਜੋ ਉੱਥੇ ਮੀਟਿੰਗ 'ਚ ਮੈਂ ਬੋਲਿਆ ਦੂਜੇ ਪਾਸੇ ਹੰਸਰਾਜ ਹੰਸ ਨੇ ਸਮੁੱਚੇ ਐਮ ਪੀ ਕਲਾਕਾਰਾਂ ਕਿਸਾਨਾਂ ਨੂੰ ਇੱਕਜੁੱਟ ਹੋ ਕੇ ਦਿੱਲੀ ਜਾਣ ਦੀ ਅਪੀਲ ਕੀਤੀ ਹੈ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣਗੇ ਤਾਂ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਵਿਚਾਰ ਚਰਚਾ ਕੀਤੀ ਜਾ ਸਕੇ
असी समुचे पंजाबीयत की गल करनी है, किसी एक वर्ग की, किसी एक जात की, किसी एक धर्म की नहीं। सियासतदानों का कोई नुकसान नहीं होना, जो तुहानू मैं दसा इन्होंने राज भाग लई हर हथकंडे अपनाने। मेरे जितने किसान यूनियन के रहनुमा आ उन्होंने सुनिमर बेनती है, जितने नौजवान है पंजाब के उन्होंने बेनती है, जितने भी कलाकार भरा आ वो मेरे कुलीग आ, मेरे कुछ तो मेरे बच्चों वर्गे आ, बच्चियों वर्गे आ, कुछ मेरे तो वड्डे भी आ जे, सारे मेरे भरा आ। मैं इस करके कल्ला ही आ गया। कहिंदे सी ना जाई उत्थे तैनू आ कर देणगे, मैं क्या ओए मेरे लिए तो किसान मर जाण, मैं उन्हां लई जो मर जाणा मैनू। वो कहिंदे जे मार भी देणगे जे भाइयां हत्थों मैं मरा खुल जाण भिश्तां दे राह, ते जे मैं बड़त बंदा मरोड़ लग के भी सकदा एड्डी कड़ी गल, ते जे अपना मारू धुप्पे तो ना सुट्टूगा। मेरी धरती है यार, मेरे लोग है, मैं उत्थे बैठा कोने च की करी जावां। मेरी बेनती है जे सच्ची मुची सुहिरद हो, जिन्नियां भी पोलीटिकल पार्टियां आ वो सारियां दे एम पी जिहड़े चुन के दिल्ली पार्लीमेंट च बहुत बोलते हैं, बहुत अच्छी गल है, आपो अपनी आवाज़ बा बुलंद तरीके नाल उठाउंदे, मेरे लिए सारे सत्कार योग है। होर मज़ेदार दसी, सारिया पार्टिया के एम पी उत्थे एक सेंटर हॉल है लोक राज सभा दे विच का, असी रोज़ कॉफी शॉफी कट्ठे ही पीने हैं, किसी गलत फहमी च ना रहो। वो मेरे भरा आ, सारी पार्टिया के एम पी, सारे किसान यूनियन के रहनुमा, सारे कलाकार, होर भी जिहड़ा जाना चाहुंदा आओ काफला बना के चलते हैं। मैं बहुत जिम्मेवारी नाल कहना, पहला राष्ट्रीय अध्यक्ष जिहड़ा पूरे भारत का अध्यक्ष है बीजेपी के श्री जगत प्रकाश नड्डा साहब, उहदे कोल चलांगे आपां, उहनां कोल चलांगे। उस तो बाद नड्डा साहब अध्यक्ष जी सानू प्राइम मिनिस्टर साहब कोल भी लैके चलांगे। मैं जिम्मेवारी ना कह रहा, आओ जिदा तुसी कैप्टन अमरिंदर सिंह जी कोल गए हो, ऑनरेबल सी एम साहब नू कल किसान जथेबंदियां मिलियां, आओ मैं लैके चलदा, आपां प्राइम मिनिस्टर साहब कोल चलदे सारे जने रल के। मैं बेनती करूँगा तुसी करो, आपां डिस्कस करनी आ कि पंजाब नू बचाउणा, पंजाबीयत नू बचाउणा, किसान नू बचाउणा आ। ये बड़ी जरखेज़ धरती है, ये बड़े जज्बाती लोग आ, ये तो तुहाडियां हर तरह के हिंदुस्तान नू बचाउण वाली ये धरती आ। इहनां लई स्पैशली जां मुलतवी जां को जो भी वो फैसला लैण, गलत एंड ऑफ द डे फिर भी टेबल ते ही बुकनी आ। आओ सारे जने इकट्ठे होकर चलते हैं, मेरी हाथ जोड़ के बेनती आ। ये मैं ना किसी का भेजा आ, तो ना मैनू किसने इत्थे बुलाया आ। मैनू तो ये पता लगा सी कि घर के आले दुआले बड़े बड़े बैरीकेड लगे आ, मैं क्या इत्थे कोई दुले भट्टी का घर आ, ये कोई जग्गे डाकू का घर आ, ये फकीर का तकवा आ, एक तकिया आ। मैं सूफी हाँ सब तो पहला, तो सूफी उ होंगे आ जेडे कहते कि ना मैं मस्त हूँ ना हूँ शराबी, ये गुरु नानक की धरती है। उन्हों का गुरु घर का सूफिया ना बड़ा प्यार रहा, मैं भी उन्होंने मनण वाला आदना जहा सेवक है। मैं सेवक के तौर पर तौर पर जिम्मेवारी ना बेनती करदा कि जिन्या किसान जथेबंदियां जिन्हें एम पी चुने हुए आ, कांग्रेस के आ, आम आदमी के, भगवंत मित्र ही आ सारे मेरे, अपने होर कि पार्टी है अकाली दल आ, वो तो पहला ही उत्थे ही सीगे, हुण फिर लै जांदे आ भैन जी नूं, सत्कारयोग भैन जी नूं, और सरदार सुखबीर सिंह बादल। जे सियासत नहीं करनी, जे सच्ची मुची पंजाब लई सोचदा, सियासत करनी तो कर लो, लेकिन पता नहीं वोटां कदों नूं पैणियां। उस तो पहला एक तो करोना आ, दूजा साडा पड़ोसी मुल्क है, किसी ने रैली विच इकट्ठ विच कोई शरारत कर दिती, ऐ लोको बड़ी मुश्किल दे नाल असीं संडाया उह संताफ, बड़ी मुश्किल नाल पंजाब च शांति आई है। मैं नहीं चाहुंदा दोबारा आवे, कल किसी भाई वह भी साढ़े सत्कार योग ही है। मैं इतने हों तो मैं जेडे कल प्रोटेस्ट करना है उन्होंने लंगर भी खिलाऊंगा। इस दे नाल ही हंसराज हंस ने कहा है कि राजनीतिक पार्टियां नू खेती कानूनां नू लै के सियासत नहीं करनी चाहिए। उन्हां अपील की है कि सारिया राजनीतिक पार्टियां एकजुट होके किसानां दा साथ देण। जेड़ा जेड़ा भी चाहुंदा है सियासत तो पर उपर उठ जाओ, जां फिर ये ना कहो किसानी खतरे च, जां ये ना कहो जवानी खतरे च, ना आप अपना पानी बचा सके ना जवानी बचा सके। देख लो कितों कितने लै आए आप इस स्टेट नू, जे हुण हालात खराब हो गए फिर सांभे नहीं जो जाने। रब दा वास्ता इस तो पहला कि हत्थां दियां बन्नियां गंढां दंदियां ना खोलणियां पैण, मेरे आखे लग जाओ। मैं सब तो नतागता, सब तो नताणा, मेरी कोई पावर थोड़ी, मैं कहड़ा कोई वजीर बनया, सादा एम पी हाँ,
पर मेरी इन्नी जोगा तुसी करता कि मैं तुहानू लैके जाऊँगा उत्थे लैके जाऊँगा जिहदे नाल तुसी गल्लां करनियां चाहुंदे रज के गल्लां करो। मैं अगे भी लै गया सी जोधपुर वाले जिहड़े मुंडे अंदर सीगे जेलां कट के आए ਉਹ ਆਪਣਾ ਭੋਮਾ ਸਾਹਿਬ ਜਿਉਂਦੇ ਆ ਪੁੱਛ ਲਓ ਉਹਨਾਂ ਨੂੰ ਮੇਰਾ ਭਾਈ ਉਹਨਾਂ ਨੂੰ ਪੁੱਛ ਲਓ। ਮੈਂ ਉਦੋਂ ਸੀਗੇ ਗ੍ਰਹਿ ਮੰਤਰੀ ਆਪਣੇ ਸ਼੍ਰੀ ਰਾਜਨਾਥ ਜੀ ਉਹਨਾਂ ਦੇ ਘਰ ਲੈ ਗਿਆ ਇੰਟੈਲੀਜੈਂਸ ਨੇ ਕਿਹਾ ਜੀ ਇਹ ਤਾਂ ਅੱਤਵਾਦੀ। ਮੈਂ ਕਿਹਾ ਨਹੀਂ ਇਹ ਗੈਰਤਮੰਦ ਹੈ ਕੋਈ ਗੱਲ ਨਹੀਂ ਕੋਈ ਅੱਤਵਾਦੀ ਨਹੀਂ ਅੱਤਵਾਦੀ ਲਫਜ਼ ਨਾ ਯੂਜ਼ ਕਰੋ ਜੇ ਇਹਨਾਂ ਨੇ ਕੁਛ ਕੀਤਾ ਮੇਰਾ ਸਿਰ ਵੱਢ ਕੇ ਇੱਥੇ ਰੱਖ ਲਿਓ ਮੈਂ ਜੋ ਬੈਠਾ ਇੱਥੇ ਅੰਦਰ ਸਾਰਿਆਂ ਨੂੰ ਲਾਇਆ। ਮੈਂ ਕਿਹਾ ਲੈ ਕਰ ਲਾ ਗ੍ਰਹਿ ਮੰਤਰੀ ਨਾਲ ਰੱਜ ਕੇ ਗੱਲਾਂ 20 ਬੰਦੇ ਗਏ ਸੀ ਪੰਜਾਬ ਤੋਂ ਪੁੱਛ ਲਓ ਭੋਮਾ ਸਾਹਿਬ ਨੂੰ ਪੁੱਛ ਲਓ ਇੱਥੇ ਉਹ ਹੈਗੇ ਆ ਫੈਡਰੇਸ਼ਨ ਦੇ ਪਤਾ ਨਹੀਂ ਕੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਤਾਂ ਇਹ ਪਤਾ ਵੀ ਪੰਜਾਬੋਂ ਆਏ ਆ ਇਹਨਾਂ ਨੂੰ ਲੱਗਦਾ ਦਿੱਲੀ 'ਚ ਬੈਠਾ ਮੈਂ ਇਹਨਾਂ ਨੂੰ ਲੈ ਕੇ ਜਾਣਾ। ਸਾਰਿਆਂ ਨੇ ਰਿਪੋਰਟ ਦਿੱਤੀ ਸੀ ਇਹਨਾਂ ਨੂੰ ਅੰਦਰ ਨਾਲ ਲਿਜਾਇਓ ਤੂੰ ਗੱਲ ਕਰ ਲਾ ਤੂੰ ਆਪਣੇ ਬਿਹਾਫ 'ਤੇ ਇਹਨਾਂ ਨੂੰ ਸੁਣਿਆ ਮੈਂ ਅੰਦਰ ਲੈ ਕੇ ਗਿਆ ਇਸੇ ਤਰ੍ਹਾਂ ਜ਼ਿੰਮੇਵਾਰੀ ਨਾਲ ਮੈਂ ਅੰਦਰ ਲੈ ਕੇ ਜਾਊਂਗਾ 1-to-1 ਤੁਸੀਂ ਗੱਲ ਕਰਿਓ ਪਰ ਰੱਬ ਦਾ ਵਾਸਤਾ ਪੰਜਾਬ ਨੂੰ ਕਿਸੇ ਅੱਗ 'ਚ ਦੁਬਾਰਾ ਨਾ ਕਰ ਦਿਓ ਫਿਰ ਸਾਂਭਿਆ ਨਹੀਂ ਜੋ ਜਾਣਾ ਬਹੁਤ ਮੁਸ਼ਕਿਲ ਆ ਕਰੋਨਾ ਵੀ ਆ ਅਤੇ ਚਾਰੋਂ ਤਰਫੋਂ ਲੜਾਈ ਵੀ ਹੈ। ਕੈਪਟਨ ਸਾਹਿਬ ਨੇ ਬਹੁਤ ਅੱਛੀ ਗੱਲ ਕਹੀ ਹੈ ਕਿ ISI ਇਹਦਾ ਨਜਾਇਜ਼ ਫਾਇਦਾ ਨਾ ਹਟਾਦਾ। ਇੱਕ ਵਾਰੀ ਫਿਰ ਮੈਂ ਪੰਜਾਬ ਗਵਰਨਮੈਂਟ ਦਾ ਪ੍ਰਸ਼ਾਸਨ ਦਾ ਪੁਲਿਸ ਦਾ ਸ਼ੁਕਰ ਗੁਜ਼ਾਰ ਹਾਂ ਚਾਹੇ ਵੀ ਆਗੂ ਕੀ ਲਾ ਦੇਵੇ ਕਿਸੇ ਦੇ ਘਰ ਨੂੰ ਜਾਂ ਕੋਈ ਸ਼ਰਾਰਤੀ ਇੱਥੇ ਭਾਈ ਫਿਰ ਕਿਹਦੀ ਮਾਂ ਨੂੰ ਮਾਸੀ ਕਹਿਣਾ। ਦੱਸ ਦੇ ਕਿ ਬੀਤੇ ਦਿਨੀ ਨਕੋਦਰ 'ਚ ਹੰਸਰਾਜ ਹੰਸ ਦੇ ਘਰ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਪੁਤਲਾ ਫੂਕਿਆ ਗਿਆ ਅਤੇ ਨਾਲ ਹੀ ਨਾਰੇਬਾਜ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ ਹੰਸਰਾਜ ਹੰਸ ਦਾ ਕਿਸਾਨਾਂ ਦੇ ਹੱਕ 'ਚ ਕਥਿਤ ਤੌਰ ਤੇ ਇਹ ਪਹਿਲਾ ਬਿਆਨ ਸਾਹਮਣੇ ਆਇਆ। ਜਲੰਧਰ ਤੋਂ ਵਰਿੰਦਰ ਰਾਜਪੂਤ ਦੀ ਰਿਪੋਰਟ ਪੰਜਾਬੀ ਲੋਕ ਚੈਨਲ।